ਸਤਿ ਸ਼੍ਰੀ ਅਕਾਲ ਜੀ, ਪੰਜਾਬ ਬੋਲਦਾ ਦੇਖ ਰਹੇ ਸਰ ਦਰਸ਼ਕਾਂ ਦਾ ਮੈਂ ਅਮਨਦੀਪ ਸਿੰਘ ਬਹੁਤ ਸਵਾਗਤ ਕਰਦਾ। ਦੋਸਤੋ, ਹਰ ਵਾਰ ਅਸੀਂ ਇੱਕ ਨਵਾਂ ਮੁੱਦਾ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਆਉਂਦੇ ਹਾਂ ਅਤੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ, ਅਤੇ ਜਿਸ ਮੁੱਦੇ ਪ੍ਰਤੀ ਅਸੀਂ ਅੱਜ ਗੱਲਬਾਤ ਕਰਨ ਪੁੱਜੇ ਹੋਏ ਹਾਂ, ਬੇਹੱਦ ਸੰਜੀਦਾ ਮੁੱਦਾ ਬਣਿਆ ਹੋਇਆ ਸੀ। ਮੁੱਦਾ ਸੀ ਫਤਿਹਵੀਰ ਸਿੰਘ ਦੀ ਬੋਰਵੈਲ ਦੇ ਵਿੱਚ ਡਿੱਗ ਕੇ ਮੌਤ ਹੋਣਾ। ਲਗਾਤਾਰ ਪ੍ਰਸ਼ਾਸਨ ਦੇ ਉੱਤੇ ਸਵਾਲ ਖੜ੍ਹੇ ਹੁੰਦੇ ਨੇ, ਲਗਾਤਾਰ ਲੋਕਾਂ ਦੇ ਉੱਤੇ ਵੀ ਸਵਾਲ ਖੜ੍ਹੇ ਹੁੰਦੇ ਨੇ, ਪਰ ਆਖਿਰ 6 ਤਰੀਕ ਨੂੰ 4 ਵਜੇ ਫਤਿਹਵੀਰ ਬੋਰਵੈਲ ਦੇ ਵਿੱਚ ਡਿੱਗਦਾ, 7 ਤਰੀਕ ਨੂੰ ਕੋਸ਼ਿਸ਼ ਕੀਤੀ ਜਾਂਦੀ ਹੈ, 8 ਤਰੀਕ ਨੂੰ ਵੀ ਕੋਸ਼ਿਸ਼ ਕੀਤੀ ਜਾਂਦੀ ਹੈ, 9 ਨੂੰ ਕੀਤੀ ਜਾਂਦੀ ਹੈ, 10 ਨੂੰ ਕੀਤੀ ਜਾਂਦੀ ਹੈ, ਪਰ ਆਖਿਰ 109 ਘੰਟਿਆਂ ਦੇ ਬਾਅਦ ਫਤਿਹਵੀਰ ਨੂੰ 11 ਤਰੀਕ ਦੀ ਸਵੇਰ ਵੇਲੇ 5:10 'ਤੇ ਬੋਰਵੈਲ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਅਤੇ ਉਹ ਵੀ ਉਸਦੀ ਮੌਤ ਹੋ ਜਾਂਦੀ ਹੈ। ਲੋਕਾਂ ਦੇ ਵਿੱਚ ਰੋਸ ਪਾਇਆ ਜਾਂਦਾ, ਸਰਕਾਰ ਦੇ ਉੱਤੇ ਪ੍ਰਸ਼ਾਸਨ ਦੇ ਉੱਤੇ ਸਵਾਲ ਖੜ੍ਹੇ ਹੁੰਦੇ ਨੇ, ਪਰ ਸਵਾਲ ਇਹ ਵੀ ਹੈ ਕਿ ਆਖਿਰ ਫਤਿਹਵੀਰ ਦੀ ਮੌਤ ਦਾ ਕਾਰਨ ਕੀ ਸੀ, ਫਤਿਹਵੀਰ ਦੀ ਮੌਤ ਦਾ ਜ਼ਿੰਮੇਵਾਰ ਕੌਣ ਸੀ। ਸਵਾਲ ਬਰਕਰਾਰ ਨੇ, ਕਿਉਂਕਿ ਸਰਕਾਰ ਦੇ ਵੱਲੋਂ ਜੋ ਤਕਨੀਕ ਵਰਤੀ ਗਈ ਉਸ ਦੇ ਉੱਤੇ ਵੀ ਸਵਾਲ ਖੜ੍ਹੇ ਹੁੰਦੇ ਨੇ। ਸੁਪਰੀਮ ਕੋਰਟ ਦੇ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ ਬੋਰਵੈਲਾਂ ਨੂੰ ਬੰਦ ਕਰਵਾਉਣ ਦੇ ਲਈ, ਆਖਿਰ ਬੋਰਵੈਲ ਕਿਉਂ ਨਹੀਂ ਬੰਦ ਕਰਵਾਏ ਗਏ। ਬਹੁਤ ਸਾਰੇ ਸਵਾਲ ਸਾਡੇ ਜ਼ਿਹਨ ਦੇ ਵਿੱਚ ਵੀ ਨੇ, ਲੋਕਾਂ ਦੇ ਜ਼ਿਹਨ ਦੇ ਵਿੱਚ ਵੀ ਨੇ, ਅਤੇ ਇਹਨਾਂ ਸਵਾਲਾਂ ਦੇ ਉੱਤੇ ਲੋਕਾਂ ਦੀ ਰਾਏ ਲੈਣ ਦੇ ਲਈ ਅਸੀਂ ਅੱਜ ਲੋਕਾਂ ਦੀ ਕਚਹਿਰੀ ਦੇ ਵਿੱਚ ਉਤਰੇ ਹਾਂ ਅਤੇ ਇਹਨਾਂ ਸਵਾਲਾਂ ਦੇ ਉੱਤੇ ਲੋਕਾਂ ਦੇ ਕੀ ਪ੍ਰਤੀਕਰਮ ਨੇ ਜਾਣਦੇ ਹਾਂ। ਸੋ ਚੱਲਦੇ ਹਾਂ ਲੋਕਾਂ ਦੀ ਕਚਹਿਰੀ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਅਵਤਾਰ ਸਿੰਘ। ਅੱਛਾ ਅਵਤਾਰ ਜੀ, ਸੰਗਰੂਰ ਦੇ ਭਗਵਾਨਪੁਰਾ ਦੇ ਵਿੱਚ 2 ਸਾਲ ਦਾ ਨੰਨਾ ਮਾਸੂਮ ਡਿੱਗਦਾ, 5 ਦਿਨ ਲਗਾਤਾਰ ਪ੍ਰਸ਼ਾਸਨ ਕੋਸ਼ਿਸ਼ ਕਰਦਾ ਅਤੇ 6ਵੇਂ ਦਿਨ ਬੱਚੇ ਨੂੰ ਕੱਢਿਆ ਜਾਂਦਾ ਤਾਂ ਉਸਦੀ ਮੌਤ ਹੋ ਜਾਂਦੀ ਹੈ। ਮੌਤ ਦੀ ਜ਼ਿੰਮੇਵਾਰੀ ਕਿਸ ਦੇ ਸਿਰ 'ਤੇ ਮੜੀ ਜਾ ਸਕਦੀ ਹੈ? ਮੌਤ ਦੀ ਜ਼ਿੰਮੇਵਾਰੀ ਮੇਰੇ ਹਿਸਾਬ ਨਾਲ ਦੋਨਾਂ ਪੱਖਾਂ ਦੀ ਹੈ। ਸਭ ਤੋਂ ਪਹਿਲੀ ਜ਼ਿੰਮੇਵਾਰੀ ਉਸਦੇ ਮਾਂ ਬਾਪ ਦੀ ਹੈ, ਜਿਨ੍ਹਾਂ ਨੇ ਆਪਣੇ ਬੱਚੇ ਦੀ ਦੇਖ ਰੇਖ ਦੇ ਵਿੱਚ, ਸਾਂਭ ਸੰਭਾਲ ਦੇ ਵਿੱਚ ਇੱਕ ਕੁਤਾਹੀ ਕੀਤੀ ਹੈ, ਜਿਹੜੀ ਇੱਕ ਜੱਗ ਜ਼ਾਹਰ ਹੈ, ਜਿਹੜੀ ਕਿ ਇੱਕ ਮਾਂ ਬਾਪ ਨੂੰ ਇੱਕ ਛੋਟੇ ਬੱਚੇ ਨੂੰ ਖੁੱਲ੍ਹਾ ਨਹੀਂ ਛੱਡਣਾ ਚਾਹੀਦਾ, ਨੰਬਰ 1। ਨੰਬਰ 2, ਅਤੇ ਜੇ ਉਹਨਾਂ ਦਾ ਬੋਰਵੈਲ ਖੁੱਲ੍ਹਾ ਪਿਆ ਸੀ ਤਾਂ ਉਹਨਾਂ ਨੂੰ ਟਾਈਮ ਦੇ ਨਾਲ ਉਹਨੂੰ ਕੱਢਣਾ ਚਾਹੀਦਾ ਸੀਗਾ, ਬੰਦ ਕਰਨਾ ਚਾਹੀਦਾ। ਨੰਬਰ 3 'ਤੇ ਗੱਲ ਇਹ ਆ ਜਾਂਦੀ ਹੈ ਵੀ ਜੇ ਇਹ ਅਣਸੁਖਾਵੀਂ ਘਟਨਾ ਵਾਪਰ ਗਈ ਹੈ ਤਾਂ ਉਹਦੇ ਪ੍ਰਤੀ ਇੱਕ, ਅਸੀਂ ਵੈਲਫੇਅਰ ਸਟੇਟ ਦੇ ਵਿੱਚ ਰਹਿੰਦੇ ਹਾਂ ਤਾਂ ਵੈਲਫੇਅਰ ਸਟੇਟ ਦੇ ਵੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਦੀ ਵੀ ਕਿਤੇ ਨਾ ਕਿਤੇ ਜ਼ਿੰਮੇਵਾਰੀ ਹਰ ਲੈਵਲ 'ਤੇ ਬਣਦੀ ਹੈ ਵੀ ਉਹਦੀ ਸਪੋਰਟ ਕਰੇ। ਇਸ ਲੈਵਲ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਸ਼ਾਇਦ ਜਿਹੜਾ ਸਾਡਾ ਐਡਮਿਨਿਸਟ੍ਰੇਟਿਵ ਜਾਂ ਬਿਊਰੋਕਰੇਟਿਕ ਢਾਂਚਾ ਹੈਗਾ, ਸ਼ਾਇਦ ਉਹਨਾਂ ਲੋਕਾਂ 'ਚ ਟੈਕਨੀਕਲ ਸਕਿੱਲ ਹੈ ਜਿਹੜੀ, ਉਹਦੀ ਕਮੀ ਮੈਨੂੰ ਦੇਖਣ ਦੇ ਵਿੱਚ ਮਹਿਸੂਸ ਹੋਈ ਹੈ। ਕਿਉਂਕਿ ਜੇ ਬੱਚਾ ਬੋਰਵੈਲ ਦੇ ਵਿੱਚ ਗਿਰ ਗਿਆ ਸੀਗਾ, ਜਿਸ ਨੂੰ ਕੱਢਣ ਦੇ ਵੀ ਤੁਸੀਂ 4 ਦਿਨ ਲਗਾ ਦਿੱਤੇ ਨੇ, ਤਾਂ ਇਹ ਬਹੁਤ ਮੰਦਭਾਗੀ ਗੱਲ ਹੈ। ਆਲੇ ਦੁਆਲੇ ਤੋਂ ਤੁਸੀਂ JCB ਮਸ਼ੀਨ ਦੇ ਨਾਲ, ਇਹ ਬੜੀ ਬੇਵਕੂਫੀ ਵਾਲਾ ਸਟੈਪ ਲੱਗ ਰਿਹਾ ਸੀ ਕਿ 150 ਫੁੱਟ ਤੁਸੀਂ ਨਾ ਆਲੇ ਦੁਆਲੇ ਉਹਦਾ ਐਡਾ ਵੱਡਾ ਟੋਆ ਪੁੱਟੋਗੇ। ਜੇ 150 ਫੁੱਟ ਥੱਲੇ ਜਾਣਾ ਹੋਵੇ ਤਾਂ ਤੁਹਾਨੂੰ ਘੱਟੋ ਘੱਟ ਪਹਿਲਾਂ 3 ਕਿੱਲੇ ਦਾ ਪਹਿਲਾਂ ਬਗਲ ਬਣਾ ਕੇ ਤਾਂ ਉਹਨੂੰ ਜ਼ਮੀਨ ਤੱਕ 150 ਫੁੱਟ ਤੱਕ ਤੁਸੀਂ ਜੰਗਾ ਜਾ ਸਕਦੇ ਹੋ। ਜੇ ਤੁਸੀਂ ਕਹੋ ਕਿ ਸਿਰਫ ਉਹਨੂੰ 10 ਜਾਂ 12 ਫੁੱਟ ਦੇ ਏਰੀਏ ਦੇ ਵਿੱਚ 4 ਸਪੇਰੇ ਪੱਟ ਕੇ ਤੁਸੀਂ 150 ਫੁੱਟ ਚਲੋਗੇ, ਇਟ ਇਜ਼ ਇੰਪੋਸੀਬਲ। ਉੱਥੋਂ ਦੀ ਜਿਹੜੀ ਜ਼ਮੀਨ ਸੀਗੀ ਉਹ ਰੇਤਲੀ ਸੀਗੀ, ਰੇਤਲੀ ਜ਼ਮੀਨ ਦੀ ਇੱਕ ਨੇਚਰ ਹੈ, ਉਹ ਕਦੇ ਟਿਕਦਾ ਨਹੀਂ ਹੈਗਾ, ਰੇਤਾ ਹਮੇਸ਼ਾ ਭੁਰ ਭੁਰ ਕੇ ਥੱਲੇ ਆਉਂਦਾ, ਉਹ ਰੇਤਾ ਭੁਰ ਵੀ ਸਕਦਾ ਸੀਗਾ। ਬਿਹਤਰ ਇਹ ਸੀਗਾ ਵੀ ਜਿਵੇਂ ਇਹਨਾਂ ਨੇ ਲਾਸਟ ਮੂਮੈਂਟ ਦੇ ਉੱਤੇ ਇੱਕੋ ਹੀ ਗੱਲ ਦੇ ਉੱਤੇ ਅੜੇ ਰਹੇ, NDRF, ਹੋ ਸਕਦਾ ਕਿ ਜੋ ਮੈਂ ਮਹਿਸੂਸ ਕੀਤਾ ਉਹਦੀ ਵਜ੍ਹਾ, ਜਿਵੇਂ ਮਿਲਟਰੀ ਨੂੰ ਟੇਕ ਓਵਰ ਕਰਨ ਦੀ ਖਾਤਰ ਐਡਮਿਨਿਸਟ੍ਰੇਸ਼ਨ ਤਿਆਰ ਨਹੀਂ, ਇੱਥੇ ਇਹਨਾਂ ਨੇ ਆਪਣਾ ਪ੍ਰੈਸਟੀਜ ਦਾ ਇਸ਼ੂ ਬਣਾ ਲਿਆ ਕਿ ਅਸੀਂ NDRF ਵਾਲੇ, ਅਸੀਂ NDRF ਵਾਲੇ ਹੈ ਕਿ ਮਿਲਟਰੀ ਸਾਡੇ ਤੋਂ ਜ਼ਿਆਦਾ ਕਰ। ਕਿਤੇ ਨਾ ਕਿਤੇ ਬਚਾਓ ਪੱਖ ਦੀਆਂ ਜਿਹੜੀਆਂ ਟੀਮਾਂ ਸਨ ਉਹਨਾਂ ਦੇ ਵਿੱਚ ਵੀ ਸਿਆਸਤ ਦੇਖਣ ਨੂੰ ਮਿਲ ਰਹੀ ਸੀ? ਨਹੀਂ, ਉਹਨਾਂ 'ਚ ਸਿਆਸਤ ਨਹੀਂ, ਉਹਨਾਂ ਦੇ ਵਿੱਚ ਕੋਆਰਡੀਨੇਸ਼ਨ ਦੀ ਕਮੀ ਕਹਿ ਸਕਦੇ ਹਾਂ। ਸਿਆਸਤ ਤਾਂ ਚਲੋ ਇਹਦੇ ਵਿੱਚ ਨਹੀਂ ਹੋ ਸਕਦੀ ਕਿਉਂਕਿ ਸਿਆਸਤ ਇੱਕ ਵੱਖਰਾ ਇਸ਼ੂ ਹੈ, ਇਹਦੇ 'ਚ ਕੋਆਰਡੀਨੇਸ਼ਨ ਦੀ ਕਮੀ ਸੀਗੀ। ਜਦੋਂ ਕਿ ਡਿਸਟ੍ਰਿਕਟ ਲੈਵਲ 'ਤੇ ਇੱਕ DC ਇੱਕ ਹੈੱਡ ਹੈ, ਉਹ DC ਦੀ ਜ਼ਿੰਮੇਵਾਰੀ ਬਣਦੀ ਸੀਗੀ, ਉਹ ਉਹਨਾਂ ਨੂੰ ਮੌਕੇ 'ਤੇ ਜਾ ਕੇ ਇਸ ਗੱਲ ਨੂੰ ਭਾਂਪਦਾ ਵੀ ਇਹ ਜਿਹੜੀ ਕਾਰਵਾਈ ਹੋ ਰਹੀ ਹੈ ਪ੍ਰੋਪਰ ਤਰੀਕੇ ਨਾਲ ਨਹੀਂ ਹੋ ਰਹੀ, ਅਤੇ ਨਹੀਂ ਜਾਨ ਨਹੀਂ ਬਚਾਈ ਜਾ ਸਕਦੀ। ਉਹ ਇਮੀਜੀਏਟਲੀ ਉਹਨੂੰ ਟੇਕ ਓਵਰ ਕਰਦਾ, NDRF ਤੋਂ ਲੈ ਕੇ ਜਿਹੜੇ ਐਕਸਪਰਟ ਨੇ ਮਿਲਟਰੀ ਦੇ ਉਹਨਾਂ ਦੀ ਹੈਲਪ ਜਾਂ ਜੁਆਇੰਟ ਹੈਲਪ ਲਈ ਜਾ ਸਕਦੀ ਸੀ। ਦੋਨਾਂ ਦੀ ਜੁਆਇੰਟ ਹੈਲਪ ਦੇ ਨਾਲ ਆ ਕਿ ਨੰਨੀ ਬੱਚੀ ਨੂੰ, ਵੈਸੇ ਤਾਂ ਜਨਮ ਮਰਨ ਪਰਮਾਤਮਾ ਦੇ ਹੱਥ ਹੈ, ਵਾਹਿਗੁਰੂ ਦੇ ਹੱਥ ਹੈ, ਪਰ ਉਹ ਉਸਨੂੰ ਕਿਸੇ ਲੈਵਲ 'ਤੇ ਨਾ ਕਿਤੇ ਪ੍ਰਸ਼ਾਸਨਿਕ ਲਾਪਰਵਾਹੀ ਵੀ ਮੰਨੀ ਜਾ ਸਕਦੀ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਅਮਰੀਕ ਸਿੰਘ। ਅਮਰੀਕ ਜੀ, ਕੀ ਲੱਗ ਰਿਹਾ ਕਿ ਲਗਾਤਾਰ 5 ਦਿਨ ਪ੍ਰਸ਼ਾਸਨ ਦੇ ਵੱਲੋਂ ਨਾਕਾਮ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਅਤੇ ਉਹਨਾਂ ਕੋਸ਼ਿਸ਼ਾਂ ਤੋਂ ਬਾਅਦ ਵੀ ਕਦੇ ਤਾਂ ਕਹਿ ਦਿੱਤਾ ਜਾਂਦਾ ਕਿ 5-7 ਮਿੰਟ ਦੇ ਵਿੱਚ ਬੱਚਾ ਜਿਹੜਾ ਹੈ ਉਹ ਕੱਢ ਲਿਆ ਜਾਵੇਗਾ, 15 ਮਿੰਟ ਦੇ ਵਿੱਚ ਕੱਢ ਲਿਆ ਜਾਵੇਗਾ, ਅੱਧੇ ਘੰਟੇ ਦੇ ਵਿੱਚ ਕੱਢ ਲਿਆ ਜਾਵੇਗਾ, 45 ਮਿੰਟ ਹੁੰਦੇ ਨੇ, 55 ਮਿੰਟ ਹੋ ਜਾਂਦੇ ਨੇ, ਫਿਰ ਅੱਗੇ 75 ਮਿੰਟ ਹੋ ਜਾਂਦੇ ਨੇ, 100 ਹੁੰਦੇ ਨੇ, ਅਤੇ 109 ਘੰਟਿਆਂ ਬਾਅਦ ਜਿਹੜਾ ਇਹ ਬੱਚਾ ਬਾਹਰ ਕੱਢ ਲਿਆ ਜਾਂਦਾ ਬੋਰਵੈਲ ਦੇ ਵਿੱਚੋਂ। ਪਰ
बाद दे विच भी प्रशासन के हाथ नाकामी ही लगती है क्योंकि उस बच्चे की मौत हो जाती है, जिम्मेवार कौन है? देखो वीर जी, ये जिंदगी मौत का जो सवाल है ना, ये तो मतलब जेडे साडे बिलीव ने साडे समाज के जो रिलीजियस ने या ट्रेडिशनल ने, ये बारे मतलब इदा किसी धिर कह देना भी आ लोग जिम्मेवार ने, चलो प्रशासन ही लै लो। हुण उन्हां दा सुभा जां ओह खुशी नाल ते सारा कुछ कर नहीं रहे सी, प्रशासन ते भी दबाव हुंदे बड़ी किस्म दे प्रेशर। अच्छा, जदों असीं घर दे विच कोई बोर कर रहे हुंदे आ, पानी कढ़न दे लई बोर कीता जा रहा हुंदा, उत्थे असीं आराम दे नाल भी काम कर सकदे आ, मैनुअली काम कर सकदे आ, हत्थां दे नाल मिट्टी कढ़ी जा सकती है। जे 5 दिन की बजाय 10 दिन भी लगते होण पानी कढ़न दे लई कोई सवाल नहीं है, पर उत्थे बोर दे नीचे एक छोटा जिहा मासूम बच्चा दबिया हुंदा, तां कि उत्थे भी हत्थां दे नाल मिट्टी कढ़नी जायज़ है? आम मशीनां दे नाल, कईआं दे नाल मिट्टी कटनी जायज़ है कि उत्थे तकनीक की वरतों भी की जानी चाहिए है? अच्छ, डिजिटल इंडिया कहा जाता कि इस सुनाम के जो बच्चा गिरिया होया सी उसके लिए कोई डिजिटल इंडिया है? नहीं, देखो जितों तक सरकार के दावों की तो उन्होंने अमली रूप देने का सवाल है, सरकार की सुहिरदता की ईमानदारी का सवाल है, ये कोई शक नहीं है भी वो सारा कुछ झूठा वा, सरकार गैर जिम्मेवार ने, झूठे वादे कर दिए ने, करप्ट ने, फ्रॉड ने, यह गल सही आ। पर गल है भी जो वापरिया बड़ा दुखद आया तो उन्होंने तो सारा समाज ही महसूस कर रहा ना, इस वेले तुसीं सोशल मीडिया से देख लो या दूसरे मीडिया च, दुख हर एक नूं ही है जो होया। अगली गल आ भी जिहड़े एफर्ट उत्थे लोगों ने किए, समाज भी तो साडा कई तरीकों से वंडिया होया वा, है ना, तो जो कोई इदा का इंसीडेंट वापरदा तो वह मतलब जिहड़ा वा जिहड़ा टारगेट हुंदा उत्थे ईमानदारी फोकस कर बजाए उन्होंने कैश कराने लिए, जिन्होंने तुम हूँ कहा भी सियासत करन दा जिहड़े रुझान चल पैंदे आ, सवाल आ भी चलो ये तो हुण अचनचेत रोड ते साडे मित्र ने दसदे आ भी ऑन रिकॉर्ड है भी रोज़ एक्सीडेंटां च पंजाब च 5-7 लोग मर जाते हैं, उदों साडी संवेदना साडी संजीदगी कित्थे जाती है? ना बच्चा गया वा, बहुत दुख आ सारिआं नूं, तां इहदे लई हुण पार्टिकुलर को पता तो हुंदा नहीं ना भी रोज़ एक्सीडेंट हुंदे आ, रोज़ बोरवैलां च बच्चे डिगदे नहीं आ, उहदे लई जिहड़ी रिक्वायर्ड साडे कोल जिहनूं तुसीं टैक्नीक कह रहे हो, मशीनरी कह रहे हो, वो है ही नहीं, अवेलेबल ही नहीं। एक्सपर्ट लोग होंगे ने पिंडां दे विच, बोर डिग पैंदे ने, पार्ट डिग पैंदे ने, तां उह जिहड़े लोग कामकार करदे आ उह मतलब अपना हुनर विखा के, जिवें उत्थे भी सुणिआ भी उह इक लड़का कह रहा सी भी मैनूं अद्धा घंटा दे दो, पर उह जे नहीं दित्ता तां उह भी तां किसे दबाव च किसे डर चों ही प्रशासन ने नहीं ना दित्ता भी यार असीं टैक्निकल जिहड़ा प्रोसीजर फॉलो करदे हाँ, जे अभिनबी हो गई तां जवाब सानूं देणा पवेगा। जदों पेश नहीं कसी किसे पासे उन्हां दी पेश नहीं गई तो जिहड़ा अफड़ कर रहे सी उह भी फेल हो गया, फिर चलो मतलब कित ना कित जिहड़े सरकार दे वल्लों एफर्ट्स किए जा रहे सन वह फेल हो गए ने। सति श्री अकाल जी। सति श्री अकाल जी, की नाम है जी? मेरा नाम हरभजन सिंह। अच्छा हरभजन जी, की लग रहा है कि जो बोरवैल दे विच फतेहवीर 2 सालों का मासूम डिग्गिया होया सी, प्रशासन दे वल्लों 109 घंटिया दीआं जिहड़ियां कोशिशां कीतीआं गईआं, की लगता है कि जिहड़ियां कोशिशां कीतीआं जा रहीआं सन वह सार्थक सन? देखो जी, मैं इस नूं संवेदनशीलता दे नुक्ते तों वेखांगा भई जिस तरह उत्थे लोग खड़े रहे, हर एक दे मन च सीगा भी मतलब परसनल तौर पर हर कोई इदां ही सोच रहा सी भी मतलब कि जल्दी होवे काम, मतलब कि जल्दी होवे, मतलब कि जदों वो खुद उहदे विच पार्टिसिपेट करन नूं भी तैयार सीगे लोग, पर क्योंकि जदों इस तरह के मसले हो जाते हैं ये थोड़े प्रबंधकी सीमा दे विच चले जाते आ, वो मतलब कि जिहड़ा प्रशासन ने करना हुंदा, तां मैं सोचदा भी प्रशासन भी जिहड़े प्रशासन आ उहदे विच संवेदनशीलता का अंश जिहड़ा वा वह उन्ना ही होना चाहिए जिन्ना एक मतलब समाज दे विच रह रहे बंदे लई जां जिहड़े आले दुआले लोग खड़े सीगे उन्हां दे विच संवेदना सीगी, मतलब कि तीबरता सी भी ये जिहड़ा दुख आ ये जिहड़ा बच्चा वा छेती बाहर आ जावे, पर जिहड़ा प्रशासन आ मैं वेखदा भी प्रशासन दे विच संवेदनशीलता की कमी कह लो, मतलब कि जिहदे करके सारा जिहड़ा इंसीडेंट वापरिया ते उहदे करके उह उहदी जान चली गई। बहुत बहुत धन्यवाद साडे नाल गल करन दे लई। ब्रेक तो बाद दर्शकों का बहुत बहुत स्वागत है, तो लगातार गलबात कर रहे हैं, जानने की कोशिश कर रहे हैं कि फतेहवीर दे दी जिहड़ी मौत के पिछे की कारण रहे ने, की प्रशासन के वलों कोशिशां कीतियां जा रही ने, ते लोकां दे इस प्रति की राय ने? सति श्री अकाल जी। सति श्री अकाल जी, की नाम है जी? गुरजीत। अच्छा गुरजीत, फतेहवीर का बोरवैल दे विच डिगना ते 5 दिनों की कोशिश करना, कि लगता है कि सरकार इस प्रति संजीदा सी उन्हां 6 दिनों दौरान जिन्हें दिन फतेहवीर बोरवैल दे विच डिग्गिया होया सी कोशिशां कर रही सी सरकार? देखो जी, वैसे कोशिश तो कोई नहीं हुई सरकार वालों, क्योंकि पहला तो इक्यूपमेंट की वह सी है ना घाट सी बहुत, तो करके मतलब उन्हां दे माँ प्यो मतलब किन्ना होए ने हरास होए ने, है ना,
ਉਹਨਾਂ ਨੂੰ ਮਤਲਬ ਜਿਹੜੇ ਐਕਸਪੀਰੀਅੰਸ ਨਹੀਂ ਸੀਗੇ ਬੰਦੇ ਉਹਨਾਂ ਤੋਂ ਹੈਲਪ ਲੈਣੀ ਪਈ, ਸਾਡੇ ਵਰਗੇ ਨੇ ਹੈਲਪ ਕੀਤੀ ਆ ਨੇੜੇ ਤੇੜੇ ਵਾਲੇ ਨੇ, ਉਹਨਾਂ ਨੂੰ ਇੰਨੀ ਨੌਲੇਜ ਨਹੀਂ ਸੀਗੀ ਕਿ ਕਿਵੇਂ ਟੈਕਲ ਕਰਨਾ ਇਸ ਸਿਚੁਏਸ਼ਨ ਨੂੰ, ਮਤਲਬ ਸਿੱਧਾ ਸਿੱਧਾ ਵੀ ਸਰਕਾਰ ਹੀ ਜ਼ਿੰਮੇਵਾਰ ਹੈ ਕਿ ਅੱਛਾ ਮੁੱਖ ਮੰਤਰੀ ਵੱਲੋਂ ਵੀ ਕੋਈ ਬਿਆਨ ਨਹੀਂ ਆਇਆ, ਲਗਾਤਾਰ ਟਵੀਟ ਕਰਕੇ ਗੱਲਬਾਤ ਕਰਦੇ ਨੇ, ਲਗਾਤਾਰ ਹਰ ਇੱਕ ਗੱਲ ਟਵੀਟ ਨਾਲ ਹੀ ਸ਼ੇਅਰ ਕਰਦੇ ਨੇ, ਚਿੱਠੀਆਂ ਵੀ ਲਿਖਦੇ ਰਹਿੰਦੇ ਨੇ ਅੱਜ ਕੱਲ੍ਹ ਤਾਂ, ਪਰ ਸਵਾਲ ਇਹ ਹੈ ਕਿ ਇਸ ਸੰਜੀਦਗੀ ਦੇ ਇਸ ਸੰਜੀਦਾ ਮਾਮਲੇ ਦੇ ਵਿੱਚ ਵੀ ਮੁੱਖ ਮੰਤਰੀ ਦੇ ਵੱਲੋਂ ਕੋਈ ਚਿੱਠੀ ਨਹੀਂ ਲਿਖੀ ਗਈ, ਪੰਜਾਬ ਸਰਕਾਰ ਦਾ ਕੋਈ ਮੰਤਰੀ ਨਹੀਂ ਪੁੱਜਿਆ, ਪੰਜਵੇਂ ਦਿਨ ਆਖਿਰ ਵਿਜੇਇੰਦਰ ਸਿੰਗਲਾ ਪੁੱਜੇ ਨੇ, ਪਰ ਉਸ ਤੋਂ ਪਹਿਲਾਂ ਪੰਜਾਬ ਸਰਕਾਰ ਕਿੱਥੇ ਸੀ, ਸਵਾਲ ਕਾਇਮ। ਹਾਂਜੀ ਉਹੀ ਮਤਲਬ ਸਾਰੇ ਇਹੀ ਦੇਖ ਰਹੇ ਹਨ ਕਿ ਬਈ ਸਰਕਾਰ ਦਾ ਕਿੰਨਾ ਬਲੀ ਕਿੰਨਾ ਮਾੜਾ ਹਾਲ ਹੈ ਸਾਡੀ ਸਰਕਾਰ ਦਾ ਇੱਥੇ ਦਾ, ਕਿਉਂਕਿ ਸਾਰਿਆਂ ਨੂੰ ਪਤਾ ਸੀ ਕਿ ਇਹ ਚੀਜ਼ ਹੋ ਰਹੀ ਹੈ, ਕਿੱਥੇ ਹੋ ਰਹੀ ਹੈ, ਕਿਵੇਂ ਹੋ ਰਹੀ ਹੈ, ਨਾ ਕਿੱਥੇ ਤੱਕ ਪਹੁੰਚਿਆ ਓਪਰੇਸ਼ਨ, ਸਭ ਪਤਾ ਸੀਗਾ, ਸਾਰਿਆਂ ਨੂੰ ਪਤਾ ਸੀ, ਫਿਰ ਵੀ ਕੋਈ ਐਕਟਿਵ ਨਹੀਂ ਹੋਇਆ ਸਰਕਾਰ ਵੱਲੋਂ, ਮਤਲਬ ਬਹੁਤ ਵੱਡਾ ਰੋਸ ਹੈ ਇਹ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਗੈਰੀ। ਅੱਛਾ ਗੈਰੀ, ਕੀ ਲੱਗ ਰਿਹਾ ਕਿ ਲਗਾਤਾਰ ਪੰਜਾਬ ਸਰਕਾਰ ਦਾਅਵੇ ਕਰਦੀ ਹੈ, ਤੰਦਰੁਸਤ ਮਿਸ਼ਨ ਪੰਜਾਬ ਦਾ ਵੀ ਜ਼ਿਕਰ ਕੀਤਾ ਜਾਂਦਾ, ਹੋਰ ਬਹੁਤ ਸਾਰੇ ਜਿਹੜੇ ਮਿਸ਼ਨ ਪੰਜਾਬ ਸਰਕਾਰ ਦੇ ਵੱਲੋਂ ਚਲਾਏ ਜਾਂਦੇ ਨੇ, ਬੱਚਿਆਂ ਦੇ ਲਈ ਵੀ ਕਾਰਵਾਈਆਂ ਕਰਨ ਦੀ ਪੰਜਾਬ ਸਰਕਾਰ ਦਾਅਵਾ ਕਰਦੀ ਹੈ, ਪਰ ਉਸ ਬੋਰਵੈਲ ਦੇ ਵਿੱਚ ਡਿੱਗੇ ਹੋਏ 2 ਸਾਲਾਂ ਮਾਸੂਮ ਫਤਿਹ ਵੀਰ ਦੇ ਲਈ ਕੀ ਲੱਗਦਾ ਕਿ ਸਰਕਾਰ ਨੇ ਸੰਜੀਦਗੀ ਦਿਖਾਈ ਹੈ? ਬਿਲਕੁਲ ਵੀ ਨਹੀਂ, ਉਹ ਤਾਂ ਐਂ ਲੱਗ ਰਿਹਾ ਸੀ ਜਿਵੇਂ ਮਤਲਬ ਬੜੇ ਈਜ਼ੀ ਵੇ ਨਾਲ ਕੰਮ ਕਰ ਰਹੇ ਹਾਂ, ਮਤਲਬ ਲੱਗ ਹੀ ਨਹੀਂ ਰਿਹਾ ਸੀ ਕਿਸੇ ਨੂੰ ਟੈਨਸ਼ਨ ਹੈ ਕਿ ਕੋਈ ਬੱਚਾ ਵਿੱਚ ਪਿਆ, ਅਤੇ ਬੜੀ ਹੈਰਾਨੀ ਦੀ ਗੱਲ ਹੈ ਕਿ ਮੈਨੂੰ ਤਾਂ ਇੱਦਾਂ ਲੱਗਦਾ ਕਿ ਲੋਕਤੰਤਰ ਦੀ ਜਗ੍ਹਾ ਰਾਜਤੰਤਰ ਹੈ ਇਹ, ਮਤਲਬ ਬੜਾ ਫੀਲ ਹੁੰਦਾ ਇਸ ਚੀਜ਼ ਨੂੰ ਕਿ ਅਸੀਂ ਬੜੇ ਮਤਲਬ ਦੇਸ਼ ਇਸ 'ਚ ਰਹਿੰਦੇ ਜਿਸ 'ਚ ਸਾਡੀ ਕੋਈ ਵੈਲਿਊ ਨਹੀਂ ਹੈ। ਪਰ ਇੱਕ ਉੱਥੇ ਦੇਖਣ ਵਾਲਾ ਇਹ ਵੀ ਰਿਹਾ ਕਿ ਅਲੱਗ ਅਲੱਗ ਬੇਸ਼ੱਕ ਵੰਡੀਆਂ ਹੁਣ ਸਮਾਜ ਦੇ ਵਿੱਚ, ਪਰ ਇਸ ਫਤਿਹਵੀਰ ਨੂੰ ਲੈ ਕੇ ਸਾਰਾ ਸਮਾਜ ਇੱਕਜੁੱਟ ਹੋਇਆ ਹੈਗਾ ਸੀ, ਫਤਿਹਵੀਰ ਨੂੰ ਬਚਾਉਣ ਦੇ ਲਈ ਵੀ ਕੋਸ਼ਿਸ਼ਾਂ ਲੋਕਾਂ ਦੇ ਵੱਲੋਂ ਵੀ ਕੀਤੀਆਂ ਜਾ ਰਹੀਆਂ ਸਨ, ਅਰਦਾਸ ਬੇਨਤੀਆਂ ਵੀ ਕੀਤੀਆਂ ਜਾਂਦੀਆਂ ਸਨ, ਪਾਠ ਪੂਜਾ ਵੀ ਕੀਤੀ ਗਈ ਹੈ, ਪਰ ਉਸ ਦੌਰਾਨ ਸਰਕਾਰ ਦੀ ਸੰਜੀਦਗੀ, ਹਾਲਾਂਕਿ ਉੱਥੋਂ ਦੇ ਪ੍ਰਸ਼ਾਸਨ ਦੇ ਵੱਲੋਂ DC ਦੇ ਵੱਲੋਂ ਕਿਹਾ ਗਿਆ ਸੀ ਕਿ ਫੌਜ ਨੂੰ ਬੁਲਾਉਣ ਦੀ ਕੋਈ ਜ਼ਰੂਰਤ ਨਹੀਂ, ਪਰ ਜੇਕਰ ਫੌਜ ਨੂੰ ਬੁਲਾਉਣ ਦੀ ਕੋਸ਼ਿਸ਼ ਜ਼ਰੂਰਤ ਨਹੀਂ ਸੀ ਤਾਂ 6ਵੇਂ ਦਿਨ ਫੌਜ ਨੂੰ ਜਾਂ 5ਵੇਂ ਦਿਨ ਫੌਜ ਨੂੰ ਕਿਉਂ ਸੱਦਿਆ ਗਿਆ ਜੇ NDRF ਦੀ ਟੀਮ ਦੇ ਵਿੱਚ ਇੰਨੀ ਹੈਗੀ ਸੀ ਕੈਪੇਬਿਲਿਟੀ? ਹਾਂਜੀ ਬਿਲਕੁਲ, ਮੈਂ ਤਾਂ ਹੈਰਾਨ ਇਸ ਚੀਜ਼ ਤੋਂ ਕਿ ਉਹਨਾਂ ਕੋਲ 108 ਫੁੱਟ ਦੇ ਬੱਚਾ ਸੀਗਾ ਅਤੇ ਉਹਦੀ ਸਹੀ ਜਾਣਕਾਰੀ ਵੀ ਨਹੀਂ ਹੋ ਰਹੀ ਸੀ ਉਹਨਾਂ ਕੋਲ ਕਿ 108 ਫੁੱਟ ਦੇ ਹੈਗਾ ਅਤੇ ਉਹ ਖੋਦ 125 ਦੇ ਰਹੇ ਹਾਂ। ਮਤਲਬ ਸਭ ਤੋਂ ਬੜੀ ਗੱਲ, ਸਭ ਤੋਂ ਬੜੀ ਢਿੱਲ ਤਾਂ ਇਹੀ ਲੱਗੀ ਮੈਨੂੰ ਕਿ ਫਸਟ ਸਟੈਪ ਹੀ ਗਲਤ ਹੈ, ਮਤਲਬ ਲੋਕ ਤਾਂ ਸਾਰੇ ਇਕੱਠੇ ਹੀ ਹੈ, ਹੁਣ ਲੋਕਾਂ ਦਾ ਹੁਣ ਬੱਸ ਨਹੀਂ ਚੱਲਦਾ ਕੀ ਕਰਨਾ, ਮਤਲਬ ਅਸੀਂ ਤਾਂ ਚਾਹੁੰਦੇ ਹਾਂ ਕਿ ਉਹ ਬੱਚੇ ਹੈ ਨਾ, ਅਤੇ ਹੁਣ ਸਰਕਾਰ ਹੀ ਨਹੀਂ, ਮਤਲਬ ਕੋਈ, ਮੈਂ ਤਾਂ ਹੈਰਾਨ ਸੀਗਾ ਕਿ ਉਹ ਹੈਲੀਕਾਪਟਰ ਜਿਹਾ ਲੈ ਕੇ ਆ ਗਏ, ਮਤਲਬ ਕਰ ਕੀ ਰਹੇ ਹੈ, ਮਤਲਬ ਸਵੇਰੇ ਫਿਰ ਐਂਬੂਲੈਂਸ 'ਚ ਜਾ ਰਿਹਾ ਉਹ, ਅਤੇ ਮਤਲਬ ਬੜੀ ਘਨੌਨੀ ਜਿਹੀ ਹਰਕਤਾਂ ਚੱਲ ਰਹੀਆਂ ਸੀਗੀਆਂ ਕਿ ਮਤਲਬ ਲੱਗ ਹੀ ਨਹੀਂ ਰਿਹਾ ਸੀ ਕਿ ਸੱਚੀ ਗੱਲ ਦੱਸਾਂ ਕਿ ਅਸੀਂ ਇਸ ਦੇਸ਼ ਦੇ ਨਾਗਰਿਕ ਹਾਂ ਕਿ ਸਾਡੀ ਕੋਈ ਕਿਸੇ ਨੂੰ ਵੈਲਿਊ ਹੈਗੀ ਹੈ, ਮਤਲਬ ਲੱਗਦਾ ਹੀ ਨਹੀਂ ਬਿਲਕੁਲ ਜੀ। ਬਹੁਤ ਬਹੁਤ ਧੰਨਵਾਦ। ਬੜਾ ਹੀ ਮਾਯੂਸਪਨ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ, ਲੋਕ ਬੜੇ ਬੜੇ ਸਵਾਲ ਵੀ ਜਿਹੜੇ ਸਰਕਾਰ ਨੂੰ ਕਰ ਰਹੇ ਨੇ, ਅਤੇ ਉੱਥੇ ਹੀ ਆਮ ਲੋਕਾਂ ਦੀ ਵੀ ਜਿਹੜੀ ਹੈ ਉਸ ਮਾਮਲੇ ਦੇ ਵਿੱਚ ਗਲਤੀ ਕੱਢ ਵੀ ਰਹੇ ਨੇ, ਅਤੇ ਕੁਝ ਹੋਰ ਲੋਕਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਅਤੇ ਚੱਲਦੇ ਹਾਂ ਕੁਝ ਹੋਰ ਲੋਕਾਂ ਦੇ ਕੋਲ। ਜੀ ਸਭ ਤੋਂ ਪਹਿਲਾਂ ਗੱਲ ਤਾਂ ਇਹ ਆ, ਜਦ ਪਹਿਲੇ ਦਿਨ ਓਪਰੇਸ਼ਨ ਸ਼ੁਰੂ ਹੋਇਆ ਸੀ ਤਦ NDRF ਦੀ ਜੋ ਉਹਨਾਂ ਨੇ CCTV ਕੈਮਰਾ ਪਾਇਆ ਸੀ ਉਸਦੇ ਨਾਲ ਲੋਕੇਸ਼ਨ ਆਈ ਸੀ 130 ਫੁੱਟ ਦੀ, ਵੀ 130 ਫੁੱਟ 'ਤੇ ਹੈ, ਉਹਨਾਂ ਨੇ 135 ਫੁੱਟ ਤੱਕ ਥੱਲੇ ਚਲੇ ਗਏ, ਉਹਨਾਂ ਨੂੰ ਬੱਚਾ ਹੀ ਨਹੀਂ ਮਿਲਿਆ। ਠੀਕ ਹੈ, 5ਵੇਂ ਦਿਨ ਆਰਮੀ ਆ ਕੇ ਕਹਿੰਦੀ ਹੈ ਵੀ ਤੁਹਾਡੀ ਲੋਕੇਸ਼ਨ ਗਲਤ ਹੈ, 108 ਫੁੱਟ 'ਤੇ ਬੱਚਾ ਹੈ, ਯਾਨੀ ਕਿ ਆਪਾਂ 22 ਫੁੱਟ ਜਾਂ 23 ਫੁੱਟ ਐਕਸਟਰਾ ਪੱਟ ਗਏ, ਬੱਚਾ ਆਪਣਾ ਫਿਰ ਵੀ ਨਹੀਂ ਮਿਲਿਆ। ਅਤੇ ਦੂਜੀ ਗੱਲ, ਅੱਜ ਤੋਂ 10 ਸਾਲ ਪਹਿਲਾਂ ਪ੍ਰਿੰਸ ਨਾਮ ਦਾ ਮੁੰਡਾ ਬੋਰਵੈਲ 'ਚ ਡਿੱਗਿਆ ਸੀ, ਇੱਦਾਂ ਉਦੋਂ ਵੀ ਇਹੀ ਤਕਨੀਕ ਵਰਤੀ ਗਈ ਸੀ ਵੀ ਨਾਲ ਇੱਕ ਹੋਰ ਬੋਰ ਖੱਟੋ ਅਤੇ ਉਹਦੇ ਵਿੱਚੋਂ ਜਾ ਕੇ ਉਹਨੂੰ ਵਿੰਡੋ ਬਣਾ ਕੇ ਨਾ ਕਰੋ। 10 ਸਾਲ ਬਾਅਦ ਵੀ ਉਹੀ ਤਕਨੀਕ ਹੈ, 10 ਸਾਲ ਬਾਅਦ ਵੀ ਜੇ ਉਹੀ ਤਕਨੀਕ ਹੈ ਤਾਂ ਫਿਰ ਕਾਹਦਾ ਡਿਜੀਟਲ ਇੰਡੀਆ? ਅਤੇ ਮੈਨੂੰ ਅੱਛਾ, ਲੋਕ ਇਹ ਵੀ ਦੋਸ਼ ਲਗਾ ਰਹੇ ਨੇ ਕਿ ਉੱਥੇ ਤਕਨੀਕ ਹਾਲਾਂਕਿ ਹੈਗੀ ਹੈ, ਇਸ ਤੋਂ ਪਹਿਲਾਂ ਵੀ ਜੇਕਰ ਹਰਿਆਣਾ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਉੱਥੋਂ ਵੀ ਬੱਚੇ ਨੂੰ ਬਾਹਰ ਕੱਢਿਆ ਸੀ, ਪ੍ਰਿੰਸ ਨੂੰ ਵੀ ਬਾਹਰ ਕੱਢਿਆ ਗਿਆ ਸੀ, ਪਰ ਸਵਾਲ ਇਹ ਹੈ ਕਿ ਆਮ ਲੋਕਾਂ ਦੇ ਵੱਲੋਂ ਪਹਿਲ ਕੀਤੀ ਗਈ, ਕੁਝ ਕਿਹਾ ਜਾ ਰਿਹਾ ਕੁਝ ਡੇਰਾ ਪ੍ਰੇਮੀਆਂ ਦੇ ਵੱਲੋਂ ਵੀ ਉਸ ਦੇ ਵਿੱਚ ਕਾਰਵਾਈ ਕੀਤੀ ਗਈ, NDRF ਦੀ ਟੀਮ ਦੇ ਵੱਲੋਂ ਕਿਹਾ ਗਿਆ ਕਿ ਇਸ ਤਰ੍ਹਾਂ ਦੀ ਟ੍ਰੇਨਿੰਗ ਨਹੀਂ ਦਿੱਤੀ ਗਈ, ਪ੍ਰਸ਼ਾਸਨ ਦੇ ਵੱਲੋਂ ਫੌਜ ਨੂੰ ਨਹੀਂ ਬੁਲਾਇਆ ਗਿਆ, ਹੋਰ ਜਿਹੜੀ ਉੱਚ ਤਕਨੀਕ ਦੀ ਵਰਤੋਂ ਨਹੀਂ ਕੀਤੀ ਗਈ, ਬਹੁਤ ਸਾਰੇ ਸਵਾਲ ਨੇ। ਅਤੇ ਬਾਅਦ ਦੇ ਵਿੱਚ ਫਿਰ ਬੱਚਾ ਉਸੇ ਬੋਰ ਦੇ ਵਿੱਚੋਂ ਕੱਢ ਲਿਆ ਜਾਂਦਾ ਹੈ, ਇਹਦੇ ਵਿੱਚ ਵੀ ਕਾਫੀ ਸਵਾਲ ਖੜ੍ਹੇ ਹੋ ਰਹੇ ਨੇ ਜੀ। ਦੇਖੋ ਜੀ, ਇਹ ਜਿੱਦਾਂ ਦਾ ਵੀ ਇਹ ਸੀ, ਮਤਲਬ ਬਹੁਤ ਡੂੰਘਾ ਤਾਂ ਗਿਆ ਸੀ, NDRF ਨੂੰ ਵੀ ਅੱਜ ਤੱਕ ਇਹੋ ਜਿਹਾ, ਕਿਉਂਕਿ NDRF ਦਾ ਖੁਦ ਦਾ ਬਿਆਨ ਹੈ, ਉਹਨਾਂ ਦੇ DIG ਦਾ ਖੁਦ ਦਾ ਬਿਆਨ ਹੈ ਵੀ ਅਸੀਂ ਵੱਧ ਤੋਂ ਵੱਧ ਵੀ ਜੋ ਕੋਈ ਰੈਸਕਿਊ ਆਪਰੇਸ਼ਨ ਕੀਤਾ 50 ਫੁੱਟ ਤੱਕ ਦਾ ਕੀਤਾ ਹੈ, ਜਾਂ ਫਿਰ ਅਸੀਂ ਨਹਿਰਾਂ ਦੇ ਵਿੱਚੋਂ ਬੱਚੇ ਡਿੱਗੇ ਉਹ ਬਚਾਏ ਆ, ਜਾਂ ਫਿਰ ਕੋਈ ਫਾਇਰ ਲੱਗੀ ਵਗੈਰਾ ਉਹ ਬਚਾਏ ਆ, ਇਸ ਤਰ੍ਹਾਂ ਦਾ ਓਪਰੇਸ਼ਨ ਨਹੀਂ ਕੀਤਾ ਉਹਨਾਂ ਨੇ, ਯਾਨੀ ਕਿ ਉਹ ਸ਼ੁਰੂ ਤੋਂ ਹੀ ਇੰਨਾ ਵੱਡਾ ਓਪਰੇਸ਼ਨ ਸੰਭਾਲਣ ਦੇ ਕਾਬਲ ਨਹੀਂ ਸੀ ਉਹ।
ਇਕੱਲੀ ਮੈਨਫੋਰਸ ਨਾਲ ਕੁਛ ਨਹੀਂ ਹੁੰਦਾ, ਮੈਨਫੋਰਸ ਬਹੁਤ ਸੀ, ਡੇਰਾ ਪ੍ਰੇਮੀ ਵੀ ਬਹੁਤ ਸੀ, ਪਰ ਆਮ ਲੋਕ ਵੀ ਬਹੁਤ ਸਨ, ਲੋਕ ਵੀ ਬਹੁਤ ਸੀ, ਪਰ ਉਹ ਕੀ ਕਰ ਸਕਦੇ ਸੀ, ਉਹ ਉਸ ਤੋਂ ਵੱਧ ਆਪਣੇ ਹੱਥ ਨਾਲ ਮਿਹਨਤ ਕਰ ਸਕਦੇ ਸੀ ਜੋ ਉਹਨਾਂ ਨੇ ਕੀਤੀ। ਇਹ ਤਾਂ ਹੁਣ ਪ੍ਰਸ਼ਾਸਨ ਦੀ ਕਮੀ ਸੀ ਨਾ, ਵੀ ਕੋਈ ਟੈਕਨੀਕ ਹੁੰਦੀ ਜਾਂ ਕੋਈ ਇਹੋ ਜਿਹੀ ਮਸ਼ੀਨ ਹੁੰਦੀ ਜੋ 5 ਦਿਨਾਂ ਦੇ ਵਿੱਚ ਜੋ 130 ਫੁੱਟ ਆ 2 ਦਿਨਾਂ ਦੇ ਵਿੱਚ ਹੁੰਦਾ, ਯਾਨੀ ਕਿ ਜੇ 2 ਦਿਨਾਂ ਪਹਿਲਾਂ ਡੈਥ ਹੋਈ ਤਾਂ 3 ਦਿਨ ਤੱਕ ਉਹ ਜਿਉਂਦਾ ਸੀ, ਯਾਨੀ ਕਿ ਆਪਾਂ ਨੂੰ ਸ਼ਨੀਵਾਰ ਤੱਕ ਕੱਢ ਸਕਦੇ ਸੀ, ਜੇ ਉਹੀ ਕੋਈ ਮਸ਼ੀਨ ਹੁੰਦੀ ਤਾਂ ਆਪਾਂ ਨੂੰ ਕੱਢ ਸਕਦੇ ਸੀ। ਇੱਥੇ ਇਕੱਲੀ ਮੈਨਫੋਰਸ ਨਾਲ ਕੁਛ ਨਹੀਂ ਹੋਣਾ, ਬਹੁਤ ਮੈਨਫੋਰਸ ਬਹੁਤ ਸੀ, ਪੰਜਾਬ ਦੇ ਲੋਕ ਬਹੁਤ ਸੀ। ਪ੍ਰਸ਼ਾਸਨ ਦੇ ਵੱਲੋਂ ਸਹੀ ਮਾਇਨਿਆਂ ਦੇ ਵਿੱਚ ਉਸ ਬੱਚੇ ਨੂੰ ਬਚਾਉਣ ਦੇ ਵਿੱਚ ਕੋਸ਼ਿਸ਼ ਕੀਤੀ ਗਈ ਹੈ? ਨਹੀਂ ਨਹੀਂ, ਇਹ ਤਾਂ ਬਿਲਕੁਲ ਹੀ ਨਹੀਂ, ਮੈਂ ਨਹੀਂ ਮੰਨਦਾ ਇਹਨੂੰ ਸਹੀ, ਕਿਉਂਕਿ ਜੇ ਸਹੀ ਕੋਸ਼ਿਸ਼ ਹੁੰਦੀ ਤਾਂ ਘੱਟ 1 ਦਿਨ ਲੱਗਦਾ, 2 ਦਿਨ ਲੱਗਦਾ, ਹੱਦ 3 ਦਿਨ ਲੱਗਦੇ, 6-6 ਦਿਨ ਥੋੜ੍ਹੀ ਨਾ ਲੱਗਦੇ। ਜੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਬੱਚਾ ਜ਼ਰੂਰ ਬਚਦਾ, ਪਰ ਨਹੀਂ, ਮੈਂ ਇਹਨੂੰ ਸਹੀ ਨਹੀਂ ਮੰਨਦਾ। ਬਹੁਤ ਬਹੁਤ ਧੰਨਵਾਦ। ਲਗਾਤਾਰ ਸਵਾਲ ਖੜ੍ਹੇ ਹੋ ਰਹੇ ਨੇ ਕਿ ਆਖਿਰ ਫਤਿਹਵੀਰ ਨੂੰ ਕਿਉਂ ਨਹੀਂ ਬਚਾਇਆ ਗਿਆ, ਉਸ ਮਾਸੂਮ ਦੀ ਮੌਤ ਦੇ ਕੀ ਕਾਰਨ ਨੇ, ਲਗਾਤਾਰ ਵਿਚਾਰ ਕਰ ਰਹੇ ਹਾਂ, ਲੋਕਾਂ ਦੇ ਵੱਲੋਂ ਸਵਾਲ ਉਠਾਏ ਜਾ ਰਹੇ ਨੇ ਕਿ ਤੁਸੀਂ ਮੰਨਦੇ ਹੋ ਕਿ ਫਤਿਹਵੀਰ ਦੇ ਨਾਲ ਜੋ ਵਾਪਰਿਆ, ਹਾਲਾਂਕਿ ਉਸ ਬੱਚੇ ਨੂੰ, ਮਾਸੂਮ ਬੱਚੇ ਨੂੰ ਲਗਾਤਾਰ ਪ੍ਰਸ਼ਾਸਨ ਬਚਾਉਣ ਦੇ ਦਾਅਵੇ ਤਾਂ ਕਰ ਰਿਹਾ ਸੀ, ਪਰ ਜਿਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਦੇਖਣ ਦੇ ਵਿੱਚ ਆਈਆਂ, ਕਿ ਮੰਨਦੇ ਹੋ ਕਿ ਉਸ ਕੋਸ਼ਿਸ਼ਾਂ ਦੇ ਦਰਮਿਆਨ ਫਤਿਹਵੀਰ ਨੂੰ ਬਚਾ ਲੈਣਾ ਚਾਹੀਦਾ ਸੀ? ਜੋ ਐਕਚੁਲੀ ਬੋਰਵੈਲ ਕਾ ਸਾਈਜ਼ ਥਾ ਵੋ ਵੀ ਇਤਨਾ ਕਮ ਥਾ ਕਿ ਮਤਲਬ ਜੋ ਐਫਰਟ ਲਗੇ ਹੈ, ਗੌਰਮੈਂਟ ਨੇ ਹਮਨੇ ਕੰਪਲੀਟ ਐਫਰਟ ਲਗਾਏ ਹੈ, ਬਟ ਥੋੜ੍ਹੇ ਔਰ ਐਫਰਟ ਲੱਗ ਸਕਤੇ ਥੇ, ਤੋ ਮਤਲਬ ਕਹੀਂ ਨਾ ਕਹੀਂ ਗੌਰਮੈਂਟ ਰਿਸਪੋਂਸੀਬਲ ਹੈ, ਬਟ ਫਸਟ ਆਫ ਆਲ ਫੈਮਿਲੀ ਕੋ ਥੋੜ੍ਹਾ ਧਿਆਨ ਦੇਣਾ ਚਾਹੀਏ ਇਸ ਚੀਜ਼ ਪੇ ਕਿ ਅਗਰ ਘਰ ਮੇਂ ਯੇ ਸਭ ਬੋਰਵੈਲ ਹੈ ਤੋ ਉਸਕੋ ਪ੍ਰੋਪਰ ਉਸਕੀ ਪ੍ਰੋਟੈਕਸ਼ਨ ਹੋਣੀ ਚਾਹੀਏ। ਇਸ ਤੋਂ ਪਹਿਲਾਂ ਜੇਕਰ ਮੈਂ ਗੱਲ ਕਰਾਂ ਤਾਂ ਜਿਹੜੇ ਖੁੱਲ੍ਹੇ ਬੋਰਵੈਲ ਦਿਖਦੇ ਨੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਤਾਂ ਉਹਨਾਂ ਨੂੰ ਬੰਦ ਕਰਵਾਉਣ ਦੇ ਲਈ ਸਰਕਾਰਾਂ ਦੇ ਵੱਲੋਂ ਕੋਸ਼ਿਸ਼ਾਂ ਕਿਉਂ ਨਹੀਂ ਕੀਤੀਆਂ ਜਾਂਦੀਆਂ, ਲੋਕਾਂ ਤੱਕ ਇਹ ਸੰਦੇਸ਼ ਕਿਉਂ ਨਹੀਂ ਦਿੱਤਾ ਜਾਂਦਾ? ਦਿਆ ਵੀ ਜਾਤਾ ਤੋ ਕੋਈ ਘਰ ਪੇ ਜਾ ਕੇ ਕੋਈ ਗੌਰਮੈਂਟ ਤੋਂ ਚੈੱਕ ਨਹੀਂ ਕਰੇਗੀ ਕਿ ਕਿਸਕੇ ਘਰ ਮੇਂ ਬੰਦ ਹੈ, ਕਿਸਕੇ ਘਰ ਮੇਂ ਓਪਨ ਹੈ, ਤੋ ਇਹ ਮਤਲਬ ਫੈਮਿਲੀ ਕੀ ਮਿਸਟੇਕ ਹੈ ਸਭ ਤੋਂ ਪਹਿਲੇ। ਇਹ ਬਹੁਤ ਬਹੁਤ ਧੰਨਵਾਦ। ਕੀ ਕਾਰਨ ਮੰਨਦੇ ਹੋ ਕਿ ਫਤਿਹਵੀਰ ਨੂੰ 6 ਦਿਨਾਂ ਦੀ ਕੋਸ਼ਿਸ਼ ਤੋਂ ਬਾਅਦ ਵੀ ਕਿਉਂ ਨਹੀਂ ਬਚਾਇਆ ਗਿਆ? ਪੂਰਾ ਕਾ ਪੂਰਾ ਜੋ ਇੰਸੀਡੈਂਟ ਹੈ ਅਨਫੋਰਚੁਨੇਟ ਹੈ, ਇਸ ਤੋਂ ਪਹਿਲੇ ਵੀ ਇੰਸੀਡੈਂਟ ਹੈ, ਕਹੀਂ ਨਾ ਕਹੀਂ ਜੋ ਰੈਸਕਿਊ ਕਰਨੇ ਮੈਂ ਉਨਕਾ ਜੋ ਰਾਇਆ ਹੈ ਉਹ ਥੋੜ੍ਹਾ ਸੈਂਸਿਟਿਵ ਜ਼ਿਆਦਾ ਨਹੀਂ ਥਾ, ਨਹੀਂ ਤੋ 6 ਦਿਨ ਇਸ ਮਤਲਬ ਪ੍ਰੋਸੈਸ ਮੈਂ ਲਗਤੇ ਨਹੀਂ, ਕਿਉਂਕਿ ਪਹਿਲੇ ਵੀ 2 ਦਿਨ ਮੈਂ ਜਾਂ 3 ਦਿਨ ਮੈਂ ਐਸੇ ਐਸੇ ਜੋ ਵੀ ਅਨਫੋਰਚੁਨੇਟ ਇੰਸੀਡੈਂਟ ਹੈ ਉਨਮੇ ਨਿਕਾਲ ਲਿਆ ਗਿਆ ਹੈ। ਅਭੀ ਦੇਖੇ ਤੋ ਮੌਸਮ ਮੈਂ ਵੀ ਵੈਸਾ ਕੁਛ ਨਹੀਂ ਥਾ ਕਿ ਬਾਰਿਸ਼ ਆ ਰਹੀ ਹੈ, ਯੇ ਆ ਰਹੀ ਹੈ, ਜਿਸ ਵਜ੍ਹਾ ਸੇ ਉਹ ਕੋਈ ਬਾਨੇਬਾਜ਼ੀ ਕਰ ਸਕੇ। ਲਗਤਾ ਹੈ ਕਿ ਥੋੜ੍ਹੀ ਬਹੁਤ ਲਾਪਰਵਾਹੀ ਥੀ NDRF ਕੀ ਟੀਮ ਜਾਂ ਆਰਮੀ ਵਗੈਰਾ ਕੋ, ਉਨਕੋ ਹੀ ਇਨਵੋਲਵਮੈਂਟ ਜ਼ਿਆਦਾ ਹੋਣਾ ਚਾਹੀਏ, ਕਿਉਂ ਜੋ ਲੋਕਲ ਲੋਕ ਹੋਤੇ ਹੈ ਨਾ ਉਨਕੋ ਪਤਾ ਨਹੀਂ ਰਹਿਤਾ ਹੈ ਕਿ ਕਿਸ ਤਰ੍ਹਾਂ ਕੋ ਆਪਣੇ ਕੋ ਗੋ ਥਰੂ ਹੋਣਾ ਹੈ, ਡੈਪਥ ਮੈਂ ਜਾਣਾ ਹੈ, ਕਰਨਾ ਹੈ, ਉਹ ਮਤਲਬ ਉਤਨਾ ਟੈਕਨੀਕਲੀ ਸਟਰੋਂਗ ਨਹੀਂ ਹੋਤੇ ਹੈ, ਤੋ ਕਹੀਂ ਨਾ ਕਹੀਂ ਉਹ ਹੈ ਮਤਲਬ ਉਨਕੀ ਜ਼ਿੰਮੇਵਾਰੀ ਬਣਤੀ ਥੀ। ਵਧੀਆ ਜੀ, ਬਹੁਤ ਬਹੁਤ ਧੰਨਵਾਦ। ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ, ਪਰ ਸਵਾਲ ਅਜੇ ਵੀ ਉਹੀ ਬਰਕਰਾਰ ਹੈ ਕਿ ਆਖਿਰ 6 ਦਿਨਾਂ ਦੀ ਕੋਸ਼ਿਸ਼ ਤੋਂ ਬਾਅਦ ਵੀ ਫਤਿਹਵੀਰ ਨੂੰ ਕਿਉਂ ਨਹੀਂ ਬਚਾਇਆ ਗਿਆ? ਲਗਾਤਾਰ ਵੱਖ ਵੱਖ ਲੋਕਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਜਿਹੜੇ ਸਵਾਲ ਮਨ ਦੇ ਵਿੱਚ ਸਾਡੇ ਵੀ ਉੱਠ ਰਹੇ ਨੇ, ਲੋਕਾਂ ਦੇ ਵਿੱਚ ਵੀ ਉੱਠ ਰਹੇ ਨੇ ਕਿ ਪ੍ਰਸ਼ਾਸਨ ਦੇ ਵੱਲੋਂ ਜਿਹੜੀਆਂ ਭਰਪੂਰ ਕੋਸ਼ਿਸ਼ਾਂ ਦੇ ਬਾਵਜੂਦ ਵੀ ਤਕਨੀਕ ਦੀ ਵਰਤੋਂ ਕਿਉਂ ਨਹੀਂ ਕੀਤੀ ਗਈ? ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ, ਅਤੇ ਗੱਲਬਾਤ ਕਰ ਰਹੇ ਹਾਂ ਫਤਿਹਵੀਰ ਦੀ ਕਿ ਆਖਿਰ 6 ਦਿਨਾਂ ਤੋਂ ਬਾਅਦ ਵੀ ਉਸ ਮਾਸੂਮ ਨੂੰ ਕਿਉਂ ਨਹੀਂ ਬਚਾਇਆ ਜਾ ਸਕਿਆ, ਇਸ ਦੇ ਪਿੱਛੇ ਕੀ ਕਾਰਨ ਰਹੇ ਨੇ, ਕੀ ਪ੍ਰਸ਼ਾਸਨਿਕ ਲਾਪਰਵਾਹੀਆਂ ਜਾਂ ਆਮ ਲੋਕਾਂ ਦੀ ਲਾਪਰਵਾਹੀ ਰਹੀ ਹੈ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਗੁਰਵਿੰਦਰ ਸਿੰਘ। ਅੱਛਾ ਗੁਰਵਿੰਦਰ, ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਹਾਲਾਂਕਿ ਉਹਨਾਂ ਕੋਸ਼ਿਸ਼ਾਂ ਨੂੰ ਕੋਈ ਖਾਸ ਕੋਸ਼ਿਸ਼ ਤਾਂ ਕਿਹਾ ਨਹੀਂ ਜਾ ਸਕਦਾ, ਨਾਕਾਮ ਕੋਸ਼ਿਸ਼ਾਂ ਹੀ ਕਿਹਾ ਜਾ ਸਕਦਾ, ਕਿਉਂਕਿ ਇਹਨਾਂ 6 ਦਿਨਾਂ ਦੀ ਕੋਸ਼ਿਸ਼ ਦੇ ਬਾਵਜੂਦ ਵੀ ਉਹ ਮਾਸੂਮ ਨਹੀਂ ਬਚਿਆ। ਕਿਤੇ ਨਾ ਕਿਤੇ ਸਮਾਜ ਦੇ ਉੱਤੇ ਵੀ ਜਿਹੜਾ ਇਹ ਸਵਾਲੀਆ ਨਿਸ਼ਾਨ ਖੜ੍ਹੇ ਹੋ ਗਏ ਨੇ, ਅਤੇ ਸਭ ਤੋਂ ਵੱਧ ਸਵਾਲ ਪ੍ਰਸ਼ਾਸਨ ਦੇ ਉੱਤੇ ਉੱਠ ਰਹੇ ਨੇ ਕਿ ਉਸਨੇ ਕਾਰਵਾਈ ਕਿਉਂ ਨਹੀਂ ਕੀਤੀ? ਕੀ ਕਾਰਨ ਮੰਨਦੇ ਹੋ ਕਿ ਇਸ ਘਟਨਾ ਦੇ ਲਈ ਆਖਿਰ ਜ਼ਿੰਮੇਵਾਰ ਕੌਣ ਹੈ? ਦੇਖੋ, ਜ਼ਿੰਮੇਵਾਰ ਜਿਹੜਾ ਪ੍ਰਸ਼ਾਸਨ ਤਾਂ ਹੈ ਹੀ ਹੈ ਕਿ ਬਚਾਅ ਤੋਂ ਜਿਹੜਾ ਹੈਗਾ ਉਪਾਅ ਕਰਨ ਤੋਂ ਪਹਿਲਾਂ ਜਿਹੜਾ ਬਚਾਅ ਸਾਵਧਾਨੀਆਂ ਰੱਖਣੀਆਂ ਬਹੁਤ ਜ਼ਿਆਦਾ ਜ਼ਰੂਰੀ ਹੈ। ਬਹੁਤ ਸਾਰੇ ਜਿਹੜੇ ਬੋਰ ਨੇ ਉਹ ਹਲੇ ਵੀ ਖੁੱਲ੍ਹੇ ਪਏ ਨੇ, ਈਵਨ ਤੁਸੀਂ ਅੱਜ ਵੀ ਦੇਖ ਸਕਦੇ ਹੋ ਪ੍ਰਿੰਟ ਮੀਡੀਆ ਦੇ ਵਿੱਚ ਲੱਗੀ ਹੈ ਖਬਰ, ਖੇਦਰਾਬਾਦ ਦੇ ਵਿੱਚ ਜਿਹੜਾ 1100 ਫੁੱਟ ਡੂੰਘਾ ਔਰ ਇੱਕ 500 ਫੁੱਟ ਡੂੰਘਾ ਬੋਰ ਖੁੱਲ੍ਹਾ ਪਿਆ ਔਰ ਈਵਨ ਗਰਾਊਂਡ ਜ਼ਮੀਨ ਦੇ ਲੈਵਲ 'ਤੇ, ਉੱਥੇ ਜੋ ਬੱਚੇ ਦਾ ਜਿਹੜਾ ਸਟਰਕਚਰ ਉਹ ਛੋਟਾ ਹੁੰਦਾ ਆ ਉਹ ਇਮੀਡੀਏਟਲੀ ਨੀਚੇ ਚਲਾ ਜਾਂਦਾ ਹੈਗਾ ਆ। ਸੋ ਪਹਿਲਾਂ ਸਾਵਧਾਨੀਆਂ ਰੱਖਣੀਆਂ ਜਿਹੜੀਆਂ ਬਣਦੀਆਂ ਨੇ ਲੋਕਾਂ ਨੂੰ ਵੀ ਔਰ ਸਰਕਾਰ ਨੂੰ ਵੀ। ਔਰ ਉਸ ਤੋਂ ਬਾਅਦ ਜੇ ਤਤਕਾਲੀ ਕੇਸ ਦੇ ਵਿੱਚ ਆਪਾਂ ਗੱਲ ਕਰੀਏ, ਜਿਹੜਾ ਬੱਚੇ ਨੂੰ ਬਚਾਇਆ ਜਾਣ ਕੇ 6 ਦਿਨ ਦਾ ਸਮਾਂ ਜਿਹੜਾ ਬਹੁਤ ਹੁੰਦਾ ਆ। ਆਪਾਂ ਗੱਲਾਂ ਕਰਦੇ ਹਾਂ ਤਕਨੀਕੀ ਸਿੱਖਿਆ ਦੀ, ਟੈਕਨੋਲੋਜੀ ਦੀ, ਆਪਾਂ ਰੀਸਾਂ ਕਰਦੇ ਹਾਂ ਜਾਪਾਨ ਦੀ, ਚੀਨ ਦੀ, ਅਤੇ ਆ ਬਾਕੀ ਪੱਛਮੀ ਮੁਲਕਾਂ ਦੀ, ਕਿ ਜਿਹੜੀ ਟੈਕਨੋਲੋਜੀ ਹੈ ਬੜੀ ਫਾਸਟ ਹੈ।
ਇਹੋ ਜਿਹੀ ਜਿਹੜੀ ਮਟੀਰੀਅਲਿਸਟਿਕ ਡਿਵੈਲਪਮੈਂਟ ਉਹ ਤਾਂ ਕਰਦੇ ਹਾਂ ਆਪਾਂ, ਪਰ ਤਕਨੀਕੀ ਜਿਹੜੀ ਡਿਵੈਲਪਮੈਂਟ ਉਹ ਨਹੀਂ ਕਰ ਪਾ ਰਹੇ ਅਸੀਂ। ਸਾਨੂੰ ਜਿਹੜੀਆਂ ਉੱਥੇ ਬਹੁਤ ਸਾਰੀਆਂ ਹੋਰ ਹਾਈਡਰੋਲਿਕ ਮਸ਼ੀਨਾਂ, ਉਹਨਾਂ ਦੀ ਬਹੁਤ ਜ਼ਿਆਦਾ ਸਮੇਂ ਸਿਰ ਲੋੜ ਸੀ ਜਿਹੜੀ। ਇਹ ਲੱਗਦਾ ਕਿ ਜੋ ਪੰਜਾਬ ਸਰਕਾਰ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਸਨ, ਮੁੱਖ ਮੰਤਰੀ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਜੋ ਕਦਮ ਚੁੱਕੇ ਜਾਣੇ ਚਾਹੀਦੇ ਸਨ, ਉਹਨਾਂ ਨੇ ਚੁੱਕੇ ਨੇ ਕਦਮ? ਨਹੀਂ ਨਹੀਂ, ਦੇਖੋ ਨਾ ਤਾਂ ਮੁੱਖ ਮੰਤਰੀ ਨਾ ਕੋਈ ਕਿਸੇ ਮੰਤਰੀ ਨੇ, ਨਾ ਉੱਥੇ ਕੋਈ MLA ਜਿਹੜਾ ਹੈਗਾ ਮੌਕੇ ਹੀ ਵਾਰਦਾਤ 'ਤੇ ਪਹੁੰਚਿਆ ਹੈਗਾ ਆ, ਨਾ ਕਿਸੇ ਨੂੰ ਪ੍ਰਸ਼ਾਸਨਿਕ ਅਧਿਕਾਰੀ ਨੂੰ ਜਿਹੜਾ ਹੈਗਾ ਆ ਜਲਦੀ ਜਿਹੜਾ ਮਾਸ ਲੈਵਲ ਦੇ ਉੱਤੇ ਕੰਮ ਕਰਨ ਲਈ ਆਦੇਸ਼ ਦਿੱਤੇ ਗਏ ਹੈਗੇ ਆ। ਸੋ ਬਹੁਤ ਢਿੱਲ ਰਹੀ ਹੈਗੀ ਆ ਪ੍ਰਸ਼ਾਸਨ ਦੀ, ਜਿਹੜਾ ਪਹਿਲੇ ਦਿਨ ਤੋਂ ਹੀ ਇਸ ਨੂੰ ਜਿਹੜਾ ਹੈਗਾ ਆ ਮਾਸ ਜਲਦੀ ਹੱਲ ਕਰਨਾ ਚਾਹੀਦਾ ਸੀ, ਬਹੁਤ ਲੰਬਾ ਸਮਾਂ ਲੱਗ ਗਿਆ। ਸਵਾਲ ਇਹ ਵੀ ਹੈ ਕਿ ਇਸ ਮਾਸੂਮ ਦੀ ਮੌਤ ਤੋਂ ਬਾਅਦ ਲਗਾਤਾਰ ਜਿਹੜੀ ਆ ਸਿਆਸਤ ਵੀ ਗਰਮਾਈ ਹੋਈ ਹੈ, ਲਗਾਤਾਰ ਵਿਰੋਧੀ ਧਿਰਾਂ ਮੁੱਖ ਮੰਤਰੀ ਨੂੰ ਘੇਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ, ਪਰ ਜਿਹੜੇ ਕਿ ਸਰਕਾਰ ਦੇ ਨੁਮਾਇੰਦੇ ਨੇ ਉਹ ਕਹਿੰਦੇ ਨੇ ਅਸੀਂ ਭਰਪੂਰ ਕੋਸ਼ਿਸ਼ਾਂ ਕੀਤੀਆਂ, ਪਰ ਬਿਨਾਂ ਕੋਸ਼ਿਸ਼ਾਂ ਤੇ ਸਿਆਸਤ ਦੇ ਵਿਚਾਲੇ ਆਮ ਲੋਕ ਕਹਿ ਰਹੇ ਨੇ ਕਿ ਨਾ ਤਾਂ ਕਿਸੇ ਵਿਰੋਧੀ ਧਿਰ ਨੇ ਜਾਂ ਕਿਸੇ ਪ੍ਰਸ਼ਾਸਨਿਕ ਆਗੂ ਨੇ ਜਾਂ ਕਿਸੇ ਸਿਆਸੀ ਆਗੂ ਨੇ ਕੋਈ ਭੂਮਿਕਾ ਨਹੀਂ ਲਵਾਈ, ਤੁਸੀਂ ਮੰਨਦੇ ਹੋ ਇਸ ਗੱਲ ਦੇ ਨਾਲ? ਦੇਖੋ ਹਾਂ, ਇਹ ਬਿਲਕੁਲ ਹੈਗਾ ਆ ਕਿ ਇੱਕ ਪਹਿਲਾਂ ਉਹ ਬੜੀ ਜਿਹੜੀ ਆਮ ਜੀ ਘਟਨਾ ਲੱਗ ਰਹੀ ਸੀ ਸਾਰਿਆਂ ਨੂੰ, ਪਰ ਜਦੋਂ ਜਦੋਂ ਉਸ ਦੇ ਉੱਤੇ ਜਿਹੜਾ ਹੈਗਾ ਆ ਭੀੜ ਵੱਧਦੀ ਗਈ, ਹਾਈਲਾਈਟ ਹੁੰਦਾ ਗਿਆ ਮੁੱਦਾ, ਫਿਰ ਉਹ ਜਿਹੜਾ ਹੈਗਾ ਆ ਮੁੱਖ ਮੰਤਰੀ ਦੀ ਜਿਹੜੀ ਨੀਂਦ ਹੈਗੀ ਉਹ ਵੀ ਟੁੱਟੀ ਹੈਗੀ ਆ ਕਿ ਜਦੋਂ ਲੋਕਾਂ ਦਾ ਰੋਹ ਜਾਗਿਆ ਹੈਗਾ ਆ, ਰੋਸ ਜਿਹੜਾ ਲੋਕਾਂ ਦਾ ਜਾਗਿਆ ਆ, ਉਦੋਂ ਜਿਹੜੀ ਮੁੱਖ ਮੰਤਰੀ ਦੀ ਨੀਂਦ ਟੁੱਟੀ ਆ ਉਹ ਹਾਲਾਂਕਿ ਉਹ ਬਹੁਤ ਪਹਿਲਾਂ ਟੁੱਟਣੀ ਚਾਹੀਦੀ ਸੀਗੀ, ਔਰ ਉਹਨਾਂ ਨੂੰ ਆਪ ਜਿਹੜਾ ਉਸਦੇ ਪ੍ਰਤੀਕਰਮ ਲੈ ਕੇ ਆਪ ਜਿਹੜਾ ਹੈਗਾ ਆ ਉਹ ਹੱਲ ਕਰਨੇ ਚਾਹੀਦੇ ਸੀ ਸਮੇਂ ਰਹਿੰਦੇ ਹੀ। ਜੀ ਬਹੁਤ ਬਹੁਤ ਧੰਨਵਾਦ। ਲੋਕਾਂ ਦੇ ਨਾਲ ਗੱਲਬਾਤ ਕੀਤੀ, ਹਾਲਾਂਕਿ ਇਸ ਬੜੀ ਹੀ ਸੰਵੇਦਨਸ਼ੀਲ ਘਟਨਾ ਨੂੰ ਲੈ ਕੇ ਲੋਕਾਂ ਦੇ ਵਿੱਚ ਵੀ ਕਾਫੀ ਰੋਸ ਪਾਇਆ ਜਾ ਰਿਹਾ, ਬੜੇ ਸਾਰੇ ਸਵਾਲ ਚੁੱਕੇ ਜਾ ਰਹੇ ਨੇ, ਪ੍ਰਸ਼ਾਸਨ ਦੇ ਉੱਤੇ ਚੁੱਕੇ ਜਾ ਰਹੇ ਨੇ, ਪੰਜਾਬ ਸਰਕਾਰ ਦੇ ਉੱਤੇ ਚੁੱਕੇ ਜਾ ਰਹੇ ਨੇ, ਕੇਂਦਰ ਸਰਕਾਰ ਦੇ ਉੱਤੇ ਚੁੱਕੇ ਜਾ ਰਹੇ ਨੇ, ਅਤੇ ਨਾਲ ਦੀ ਨਾਲ ਉਸ ਬੱਚੇ ਦੇ ਮਾਂ ਪਿਓ ਦੇ ਉੱਤੇ ਅਤੇ ਉਸ ਪਿੰਡ ਦੇ ਉੱਤੇ ਵੀ ਸਵਾਲ ਚੁੱਕੇ ਜਾ ਰਹੇ ਨੇ। ਪਰ ਇਹਨਾਂ ਸਵਾਲਾਂ ਦੇ ਵਿਚਕਾਰ ਇੱਕ ਸਵਾਲ ਇਹ ਵੀ ਹੈ ਕਿ ਲਗਾਤਾਰ 6 ਦਿਨਾਂ ਦੀ ਉਸ ਕਾਰਗੁਜ਼ਾਰੀ ਤੋਂ ਬਾਅਦ ਵੀ ਆਖਿਰ ਪ੍ਰਸ਼ਾਸਨ ਦੇ ਵੱਲੋਂ ਉਸ ਫਤਿਹਵੀਰ ਨੂੰ ਕਿਉਂ ਨਹੀਂ ਬਚਾਇਆ ਗਿਆ, ਕਿਉਂ ਤਕਨੀਕ ਦੀ ਵਰਤੋਂ ਨਹੀਂ ਕੀਤੀ ਗਈ, ਕਿਉਂ ਮੈਨੂਅਲ ਕੰਮ ਕੀਤੇ ਗਏ ਨੇ? ਆਖਿਰ ਇਸ ਘਟਨਾ ਨੂੰ ਰੋਕਣ ਦੇ ਵਿੱਚ, ਉਸ ਬੱਚੇ ਦੀ ਜਾਨ ਨੂੰ ਬਚਾਉਣ ਦੇ ਵਾਸਤੇ ਪ੍ਰਸ਼ਾਸਨ ਨੇ ਸਹੀ ਮਾਇਨੇ ਦੇ ਵਿੱਚ ਕਦਮ ਕਿਉਂ ਨਹੀਂ ਚੁੱਕੇ? ਲਗਾਤਾਰ ਸਵਾਲ ਉੱਠਦੇ ਰਹਿੰਦੇ ਨੇ ਅਤੇ ਹੁਣ ਇਸ ਘਟਨਾ ਤੋਂ ਬਾਅਦ ਵੀ ਹੋਰ ਵੀ ਜ਼ਿਆਦਾ ਸਵਾਲ ਉੱਠਣਗੇ, ਪਰ ਇੱਕ ਸਵਾਲ ਮੁੱਖ ਮੰਤਰੀ ਸਾਹਿਬ ਦੇ ਲਈ, ਕੇਂਦਰ ਸਰਕਾਰ ਦੇ ਲਈ ਜਾਂ ਫਿਰ ਉਹਨਾਂ ਲੋਕਾਂ ਦੇ ਲਈ ਵੀ ਹੈ ਕਿ ਉਸ ਬੋਰਵੈਲ ਨੂੰ ਲੈ ਕੇ ਪਹਿਲਾਂ ਤੋਂ ਚੇਤਾਵਨੀਆਂ ਕਿਉਂ ਨਹੀਂ ਦਿੱਤੀਆਂ ਜਾਂਦੀਆਂ, ਕਿਉਂ ਉਸ ਬੋਰਵੈਲ ਨੂੰ ਲੈ ਕੇ ਬਚਾਵ ਕੰਮ ਪਹਿਲਾਂ ਤੋਂ ਹੀ ਕਿਉਂ ਨਹੀਂ ਕੀਤੇ ਜਾਂਦੇ, ਅਤੇ ਜੇਕਰ ਇਸ ਦੇ ਵਿੱਚ ਬੱਚਾ ਡਿੱਗਦਾ ਤਾਂ ਸਰਕਾਰਾਂ ਦੀ ਇਸ ਪ੍ਰਤੀ ਕੀ ਜ਼ਿੰਮੇਵਾਰੀ ਬਣਦੀ ਹੈ? ਬਹੁਤ ਸਾਰੇ ਸਵਾਲ ਨੇ। ਸੋ ਅੱਜ ਦੇ ਪੰਜਾਬ ਬੋਲਦਾ ਦੇ ਵਿੱਚ ਬਸ ਇੰਨਾ ਹੀ, ਇਸ ਦੇ ਨਾਲ ਹੀ ਮੈਨੂੰ ਅਮਨਦੀਪ ਸਿੰਘ ਨੂੰ ਦਿਓ ਜੀ ਆਗਿਆ, ਧੰਨਵਾਦ।